ਪੰਜਾਬ ਦੀ ਸੱਤਾ ਉੱਪਰ ਕਾਬਜ਼ ਕਾਂਗਰਸ ਨੂੰ ਪੂਰੇ 2 ਸਾਲ ਅੱਜ ਹੋ ਚੁੱਕੇ ਨੇ ਤੇ ਕਾਂਗਰਸ ਦੀ ਇਸ ਪਾਰੀ ਦੇ ਉੱਪਰ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਰੋਸ ਮਾਰਚ ਕੀਤਾ ਜਾ ਰਿਹਾ ਹੈ। ਜਲੰਧਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਜਿਹੜੀਆਂ ਤਸਵੀਰਾਂ ਨੇ ਉਹ ਅਕਾਲੀ ਭਾਜਪਾ ਦੀਆਂ ਨੇ ਜੋ ਰਲ ਕੇ ਅੱਜ ਜਲੰਧਰ ਦੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਨੇ। ਅੱਜ ਦੇ ਦਿਨ ਦਾ ਨਾਮ ਵਿਸ਼ਵਾਸ ਘਾਤ ਦਿਵਸ ਰੱਖਿਆ ਗਿਆ ਆ। ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂ ਇਹਨਾਂ ਨੂੰ ਲੱਗਦਾ ਹੈ ਕਿ ਵਿਸ਼ਵਾਸ ਘਾਤ ਜਿਹੜਾ ਆ ਕੀਤਾ। ਸਾਡੇ ਨਾਲ ਕੈਬਨਿਟ ਮੰਤਰੀ ਮਨਰੰਜਨ ਕਾਲੀਆ ਜੀ ਨੇ। ਕਾਲੀਆ ਸਾਹਿਬ, ਤੁਹਾਨੂੰ ਕਿਉਂ ਲੱਗਦਾ ਕਿ ਵਿਸ਼ਵਾਸ ਘਾਤ ਕੀਤਾ ਹੈ ਕਾਂਗਰਸ ਨੇ? ਵਾਅਦਾਖਲਾਫੀ ਕੀਤੀ ਹੈ, ਜਿੰਨੇ ਵਾਅਦੇ ਇਹਨਾਂ ਨੇ ਕੀਤੇ ਸੀਗੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਕਿਸਾਨਾਂ ਨੂੰ ਕਿਹਾ ਸੀਗਾ ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ, ਔਰ ਜਿਹੜਾ ਹੈਗਾ ਫਿਰ ਉਹਦਾ ਕੋਈ ਸ਼ਰਤਾਂ ਨਹੀਂ ਸੀ, ਫਿਰ ਸ਼ਰਤਾਂ ਲਗਾ ਦਿੱਤੀਆਂ, ਔਰ ਉਹ ਵੀ ਜਿਹੜਾ ਹੈਗਾ ਪੂਰਾ ਨਹੀਂ ਹਾਲੇ ਕਰਜ਼ਾ ਮਾਫ਼ ਕੀਤਾ, ਉਹ ਵੀ ਕਿਸ਼ਤਾਂ 'ਚ ਕਰਦੇ ਪਏ ਆ, 4,500 ਕਰੋੜ ਕੀਤਾ। ਨੌਕਰੀਆਂ ਦਾ ਵਾਅਦਾ ਸੀਗਾ, ਮੈਂ ਕਿਹਾ ਨਹੀਂ ਨੌਕਰੀਆਂ ਨਹੀਂ ਦਿੱਤੀਆਂ ਉਹਨਾਂ ਨੇ, ਨੌਕਰੀਆਂ ਦੱਸਣ ਸਾਨੂੰ ਕਿੱਥੇ ਦਿੱਤੀਆਂ? ਯੂਥ ਦਾ 5 ਲੱਖ ਨੌਕਰੀਆਂ ਦੇਣੀਆਂ ਸੀਗੀਆਂ। ਹਾਂਜੀ, ਉਹ ਤਾਂ ਕਹਿ ਰਹੇ ਨੇ ਕਿ ਸਭ ਕੁਝ ਅਸੀਂ ਦੇ ਦਿੱਤਾ, ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਿੱਤਾ, ਨੌਜਵਾਨਾਂ ਨੂੰ ਨੌਕਰੀਆਂ ਦੇ ਦਿੱਤੀਆਂ, ਤੁਸੀਂ ਕਿਉਂ ਫਿਰ ਇਦਾਂ? ਬੇਰੁਜ਼ਗਾਰੀ ਭੱਤਾ ਦੱਸੋ ਮੈਨੂੰ, ਨੌਕਰੀਆਂ ਦਾ ਜਿਹੜਾ ਹੈਗਾ ਦੱਸੋ ਮੈਨੂੰ ਕਿੰਨੀਆਂ ਦਿੱਤੀਆਂ ਹੈਗੀਆਂ, ਕਿਉਂਕਿ ਇਹਨਾਂ ਨੇ ਪਿੱਛੇ ਐਡਵਰਟਾਈਜ਼ਮੈਂਟ ਕੱਢੀ ਸੀਗੀ 5.5 ਲੱਖ ਨੌਕਰੀਆਂ ਜਿਹੜੀਆਂ ਹੈਗੀਆਂ ਉਹ ਦੇਣ ਦੀ ਐਡਵਰਟਾਈਜ਼ਮੈਂਟ, ਔਰ ਮੈਂ ਇਸ ਗੱਲ ਦੀ ਮੰਗ ਕਰਦਾ ਉਹਦੀ ਤਫਸੀਲ ਦਿੱਤੀ ਜਾਵੇ। ਉਹਦੇ 'ਚ 2,44,000 ਜਿਹੜੇ ਲੋਨ ਜਿਹੜੇ ਦਿੱਤੇ ਆ ਉਹ ਪਾਏ ਹੋਏ ਆ, ਅਤੇ ਅਸਲ 'ਚ ਦਿੱਤੀਆਂ ਹੈਗੀਆਂ 33,000, ਅਤੇ ਜੇ ਅੱਜ 2 ਸਾਲ ਹੋ ਗਏ ਆ ਤਾਂ ਲਗਭਗ ਜਿਹੜਾ ਹੈਗਾ 2 ਲੱਖ ਨੌਕਰੀਆਂ ਜਿਹੜੀਆਂ ਹੈਗੀਆਂ ਉਹ ਬਣਦੀਆਂ ਹੈਗੀਆਂ। ਬੇਰੁਜ਼ਗਾਰੀ ਭੱਤਾ ਇੱਕ ਨੌਜਵਾਨ ਨੂੰ ਨਹੀਂ ਦਿੱਤਾ ਉਹਨਾਂ ਨੇ, ਔਰ ਸਮਾਰਟਫੋਨ ਕਹਿੰਦੇ ਸੀਗੇ ਇੱਕ ਨੌਜਵਾਨ ਨੂੰ ਨਹੀਂ ਦਿੱਤਾ ਉਹਨਾਂ ਨੇ, ਆਪ ਮੰਨਿਆ। ਸੋ ਅੱਜ ਹਾਲਾਤ ਅੱਜ DGP ਨੇ ਕਿਹਾ ਕਿ ਭਾਈ ਨਸ਼ਾ ਜਿਹੜਾ ਹੈਗਾ ਉਹ ਖਤਮ ਨਹੀਂ ਹੋਇਆ, ਸੋ ਉਸ ਨਾਤੇ ਜਿਹੜਾ ਹੈਗਾ ਉਹਨਾਂ ਦਾ ਆਪਣਾ DGP ਮੁੱਖ ਮੰਤਰੀ ਨੂੰ ਝੂਠਾ ਲਾ ਰਿਹਾ। ਸੋ ਇਸ ਲਈ ਇਹ ਜਿਹੜਾ ਵਿਸ਼ਵਾਸ ਘਾਤ ਹੈ, ਜਿਹੜੇ ਵਾਅਦਾ ਖਿਲਾਫੀ ਜਿਹੜੇ ਵਾਅਦਾ ਇਹਨਾਂ ਨੇ ਕੀਤੇ ਸੀਗੇ 2017 ਦੇ ਵਿੱਚ, ਜਿਹਦੇ ਉੱਤੇ ਵਿਸ਼ਵਾਸ ਪ੍ਰਗਟ ਕੀਤਾ ਸੀਗਾ ਦੇਸ਼ ਦੀ ਪੰਜਾਬ ਦੀ ਜਨਤਾ ਨੇ, ਉਹਦਾ ਵਿਸ਼ਵਾਸ ਘਾਤ ਕੀਤਾ ਉਹਨਾਂ ਨੇ। ਧੰਨਵਾਦ। ਸੋ ਜਲੰਧਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਅਕਾਲੀ ਦਲ ਅਤੇ BJP ਦੇ ਸਾਂਝੇ ਵਰਕਰਾਂ ਦੇ ਵੱਲੋਂ। ਹਾਲਾਂਕਿ ਇੱਥੇ ਬਹੁਤੇ ਵੱਡੇ ਲੀਡਰ ਨਹੀਂ ਆਏ ਕਿਉਂਕਿ ਅੱਜ ਸੁਖਬੀਰ ਬਾਦਲ ਹੋਣਾ ਨੇ ਵੀ ਮੀਟਿੰਗ ਕਰਨੀ ਹੈ ਜਲੰਧਰ ਦੇ ਵਿੱਚ, ਤਾਂ ਇਹ ਤਸਵੀਰਾਂ ਜਿਹੜੀਆਂ ਨੇ ਜਲੰਧਰ ਦੀਆਂ ਨੇ ਜਿੱਥੇ ਕਿ ਰੋਸ ਪ੍ਰਦਰਸ਼ਨ ਅੱਜ ਵਿਸ਼ਵਾਸ ਘਾਤ ਦਿਵਸ ਮਨਾਇਆ ਜਾ ਰਿਹਾ ਹੈ 2 ਸਾਲ ਕੈਪਟਨ ਸਰਕਾਰ ਦੀ ਪਾਰੀ ਦੇ ਉੱਪਰ। ਕੈਮਰਾਮੈਨ ਪਵਨ ਕਨੌਜੀਆ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ TV, ਜਲੰਧਰ।